ਇੱਧਰੋਂ ਨਹੀਂ ਕਰਨੇ ਆਪਾਂ, ਇੱਧਰੋਂ ਚੱਲਦੇ ਹਾਂ। ਭਾਈ ਅੱਗੇ ਪਾਣੀ ਬਹੁਤ ਜ਼ਿਆਦਾ ਜੇ, ਅੰਦਰ ਜਾ ਰਿਹਾ ਅੱਜ ਜੀ ਸੁਬਹਾ ਸੁਬਹਾ ਬਾਰਿਸ਼ ਹੋ ਗਈ ਹੈ ਅਤੇ ਮੈਂ ਕਿਹਾ ਚਲੋ ਤੁਹਾਨੂੰ ਲਾਹੌਰ ਦੀ ਬਾਰਿਸ਼ ਵਿਖਾ ਕੇ ਲੈ ਜਾਈਏ ਕਿ ਲਾਹੌਰ ਦੇ ਵਿੱਚ ਬਾਰਿਸ਼ ਦਾ ਕੀ ਸੀਨ ਹੁੰਦਾ ਜੀ। ਅਤੇ ਸੁਬਹਾ ਸੁਬਹਾ ਦਾ ਟਾਈਮ ਹੈ, ਐਤਵਾਰ ਦਾ ਦਿਨ ਹੈ ਔਰ ਉੱਥੇ ਤੁਸੀਂ ਬਦਲ ਦੇਖ ਸਕਦੇ ਹੋ। ਆਪਣੀ ਆਬੋ ਤਾਬਰਾ ਲਾ ਬਈ, ਸ਼ੁਕਰ ਅਲਹਮਦੁਲਿਲਾ ਮੌਸਮ ਬੜਾ ਗਰਮ ਸੀ ਦੋ ਚਾਰ ਦਿਨਾਂ ਤੋਂ। ਮਜ਼ਬੂਰੀ ਕਿਉਂਕਿ ਜੇਕਰ ਤੁਸੀਂ ਕਲੀਅਰ ਦੇਖਣਾ ਵੇ ਤਾਂ ਫਿਰ ਇਹ ਕਰਨਾ ਪਏਗਾ ਸਾਨੂੰ ਥੋੜ੍ਹਾ ਜਿਹਾ। ਬਾਰਿਸ਼ ਇੱਥੇ ਜ਼ਿਆਦਾ ਹੋ ਗਈ ਹੈ ਔਰ ਹੁਣ ਜਿਹੜਾ ਬੜਾ ਮਜ਼ਾ ਆਉਣ ਵਾਲਾ ਜੇ, ਇਹ ਦੇਖੋ ਇੱਥੇ ਮਸ਼ੀਨਾਂ ਲੱਗੀਆਂ ਨੇ ਪਾਣੀ ਕੱਢਣ ਵਾਲੀਆਂ। ਹਰ ਸਾਲ ਇੱਥੇ ਜਿਹੜਾ ਨਾ ਗੌਰਮੈਂਟ ਮਸ਼ੀਨਾਂ ਲਾ ਦਿੰਦੀ ਹੈ ਇਹ ਪਾਣੀ ਕੱਢਣ ਲਈ, ਤੁਸੀਂ ਦੇਖ ਸਕਦੇ ਕਿਉਂਕਿ ਇਹ ਆਪਦ ਮਾਰਕੀਟ ਇਲਾਕਾ ਥੋੜ੍ਹਾ ਨਾ ਨੀਵਾਂ ਹੈਗਾ ਵੇ, ਪਾਣੀ ਦੇ ਪਾਈਪ ਲੱਗੇ ਨੇ ਔਰ ਇਹ ਪਾਣੀ ਨੂੰ ਜਿਹੜਾ ਅਤੇ ਖੜ੍ਹਾ ਨਹੀਂ ਹੋਣ ਦੇ ਰਹੀ ਕਿ ਇਹ ਜਗ੍ਹਾ ਥੋੜ੍ਹੀ ਦੂਰ ਹੀ ਹੈ ਔਰ ਇੱਥੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਵੇ ਜਿਹਦੀ ਵਜ੍ਹਾ ਮਸ਼ੀਨਾਂ ਲੱਗਦੀਆਂ ਨੇ ਹਰ ਸਾਲ ਔਰ ਬਾਰਿਸ਼ ਵੀ ਜ਼ੋਰ ਫੜ ਰਹੀ ਹੈ ਆਸਤਾ ਆਸਤਾ। ਕੁਝ ਮਜ਼ੇਦਾਰ ਮਾਹੌਲ ਬਣ ਗਿਆ ਜੇ, ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਜੇ ਲਾਹੌਰ ਦੇ ਵਿੱਚ, ਤਾਂ ਤੰਦ ਖਾਨਾ ਅੱਜ ਲਾਹੌਰ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਡੁੱਬਦੀ ਜੇ। ਆਪ ਮਾਰਕੀਟ ਆ ਗਏ ਅਸੀਂ, ਉੱਥੇ ਇੱਥੇ ਪਾਣੀ ਦੇਖ ਲਵੋ, ਜੇ ਕੋਈ ਵੱਡੀ ਗੁੱਡੀ ਲੰਘਦੀ ਤਾਂ ਤੁਹਾਨੂੰ ਮੈਂ ਦਿਖਾਉਣਾ ਹੋਇਆ ਦੇਖ ਲਵੋ। ਅਤੇ ਇਹ ਹਾਲ ਹੋ ਜਾਂਦਾ ਜੀ ਪਾਣੀ ਦਾ, ਗੱਡੀ ਵਾਲਿਆਂ ਨੇ ਕੋਸ਼ਿਸ਼ ਤਾਂ ਪੂਰੀ ਕੀਤੀ ਸਾਨੂੰ ਭਿਉਣ ਦੀ, ਲੇਕਿਨ ਸ਼ੁਕਰ ਅਲਹਮਦੁਲਿਲਾ ਬਚ ਗਏ ਹੈ। ਸਟੋਰ ਸਾਰਾ ਪਾਣੀ ਦਾ ਭਰ ਗਿਆ ਜੀ, ਦਿਖਾਵਾਂ ਥੱਲੇ ਤੇ ਨਾਲਾ ਵੀ ਆਸਤਾ ਆਸਤਾ ਭਰਨਾ ਸ਼ੁਰੂ ਹੋ ਗਿਆ। ਉਹ ਵੀ ਭਰ ਰਿਹਾ ਪਾਣੀ ਦੇ ਨਾਲ, ਹੋਏ 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 ਬਾਰਿਸ਼ ਦੀ ਤਾਂ ਬਸ ਸਪੀਡ ਫੜ ਚੁੱਕੀ ਹੈ।
ਖੁੱਲਣ ਡੀਆ ਬਾਰਿਸ਼ ਦੇ ਵਿੱਚ। ਚੌਂਕ ਦੇਖੋ ਜੀ, ਲੋਕ ਦੇਖੋ ਝੋਲੀਆਂ ਦੀ ਸੂਰਤ ਵਿੱਚ ਬਾਰਿਸ਼ ਇੰਜੋਏ ਕਰ ਰਹੇ ਨੇ। ਦੇਖੋ ਗਟਰਾਂ ਚੋਂ ਪਾਣੀ ਕਿਸ ਤਰੀਕੇ ਨਾਲ ਉਬਲ ਰਿਹਾ ਬਾਹਰ। ਲਕਸ਼ਮੀ ਚੌਂਕ ਮੁੰਡ ਗੁਮਰੀ ਰੋਡ ਹੀ ਆ ਜੀ। ਹੋਰ ਹਾਲਤ ਦੇਖੋ ਐਸਾ ਦੇ ਤੁਹਾਡੀ। ਓਹੋ ਬਾਰਿਸ਼ ਇੰਨੀ ਕੁ ਜ਼ਿਆਦਾ ਹੋ ਗਈ ਹੈ, ਲਾਈਟ ਇੰਨੀ ਘੱਟ ਗਈ ਹੈ ਕਿ ਇਹਨਾਂ ਸਟਰੀਟ ਲਾਈਟ ਆਟੋਮੈਟਿਕਲੀ ਜਲ ਗਈਆਂ ਨੇ। ਅੱਗੇ ਮੈਨੂੰ ਲੱਗਦਾ ਪਾਣੀ ਦੀ ਵਜ੍ਹਾ ਤੋਂ ਨਹੀਂ, ਜਾਂ ਪਾਣੀ ਦੀ ਵਜ੍ਹਾ ਤੋਂ ਲੋਕ ਖੜ੍ਹੇ ਨੇ, ਅਤੇ ਜਾਂ ਜਿਹੜਾ ਨਾ ਬਾਰਿਸ਼ ਦੀ ਵਜ੍ਹਾ ਤੋਂ ਖੜ੍ਹੇ ਨੇ। ਚਲੋ ਅਕਸਰ ਬਾਰਿਸ਼ ਦੇ ਵਿੱਚ ਨਾ ਜਿਹਨਾਂ ਨਾਲ ਕ੍ਰਿਕਟ ਤੋਂ ਬਾਅਦ ਮਾਰਨ ਕੁੱਟੀ ਸ਼ੁਰੂ ਹੋ ਜਾਂਦੀ ਸੀ ਗੇਂਦ ਨਾਲ, ਇੱਕ ਦੂਜੇ ਦੇ ਇਲਾਕੇ ਦੇ ਵਿੱਚ ਓਏ ਹੋਏ 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 ਟੋਏ 'ਚ ਵੱਜ ਗਏ ਬੜੇ ਭੈੜੇ। ਮੈਂ ਵੇਖੋ ਜੀ ਓਏ ਹੋਏ ਹੋਏ ਪਾਣੀ ਦੇਖੋ ਕਿਸ ਤਰ੍ਹਾਂ ਦਾ ਗਟਰ ਦੇ ਵਿੱਚ ਆ ਰਿਹਾ ਵੇ, ਹੋਰ ਦੇਖ ਸਕਦੇ ਹੋ ਲਿਆ ਕੇ ਨਾ, ਨਹੀਂ ਬਲਕਿ ਇਹ ਲੋਰ ਵਾਸਾ ਲੈ ਗਏ ਨੇ। ਇਹ ਦੇਖੋ ਜੀ ਪਾਣੀ ਕਿਸ ਤਰੀਕੇ ਦੇ ਨਾਲ ਅੰਦਰ ਜਾ ਰਿਹਾ, ਕਿੰਨੀ ਰਫਤਾਰ ਦੇ ਵਿੱਚ ਜਾ ਰਿਹਾ। ਗਟਰ ਖੋਲ੍ਹਦੇ ਪਏ ਨੇ ਤਾਂ ਕਿ ਪਾਣੀ ਜਿਹੜਾ ਨਾ ਸੜਕਾਂ ਦੇ ਉੱਤੇ ਜਮ੍ਹਾਂ ਨਾ ਹੋਵੇ। ਓਹੋ ਹੋ 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 ਲੱਖੂ ਚੌਂਕ ਦੇ ਵਿੱਚ ਸਹੀ ਬੁਰੇ ਹਾਲ ਹੋ ਗਏ ਬਾਰਿਸ਼ ਦੇ। ਇੱਥੇ ਪਾਣੀ ਦਾ ਬੜਾ ਵੱਡਾ ਕੰਮ ਲੱਗਾ ਜੇ ਬਾਰਿਸ਼ ਦਾ, ਇਹ ਵੀ ਦੇਖੋ ਬਸ ਵਾਲੇ ਭਰਾ ਫੁੱਲ ਡਿਊਟੀ ਦੇ ਐਸ ਐਮ ਮੌਜੂਦ ਨੇ। ਚਲੋ ਜੀ ਅੱਗੇ ਨਿਕਲਣੇ ਆ, ਹੁਣ ਮਜ਼ੀਦ ਪਾਣੀ ਦੇ ਹਾਲਾਤ ਵੇਖਣੇ ਆ ਕੀ ਹੈ ਜੀ। ਐਸ ਐਮ ਅਸੀਂ ਗੁਆਲ ਮੰਡੀ 'ਚ ਪਹੁੰਚ ਚੁੱਕੇ ਹਾਂ, ਯਾਨੀ ਕਿ ਨਿਸਬਤ ਰੋਡ ਗੁਆਲ ਮੰਡੀ। ਕੋਈ ਆ ਗਿਆ ਸਾਡੇ ਪਤਾ ਵੀ ਨਹੀਂ ਲੱਗ ਰਿਹਾ, ਇਹਨਾਂ ਨਾਲ ਸਫਾਈ ਵੀ ਚੈੱਕ ਕਰੋ, ਉਹ ਵੀ ਬਾਰਿਸ਼ ਵੀ ਇੰਜੋਏ ਕਰ ਰਿਹਾ ਜੀ। ਹੋਏ 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 ਹੋਏ
ਜੀ ਫਿਰ ਕੋਈ ਨਾ ਜੀ ਲਾਹੌਰ ਦੀ ਦੂਸਰੀ ਫੂਡ ਸੀ ਜਿਹਦੀ ਪਹਿਲੀ ਦੇ ਨਾਰਕਲੀ ਸੀ ਔਰ ਇਹ ਲਾਹੌਰ ਦੀ ਦੂਸਰੀ ਫੂਡ ਸੀਟ ਬਣੀ ਸੀ ਗਵਾਲੀਅਰ ਦੀ। ਉੱਥੇ ਦੇ ਇਸ ਟਾਈਮ ਹਾਲਾਤ ਤੁਸੀਂ ਦੇਖੋ, ਪਾਣੀ ਦੇਖੋ ਕਿਵੇਂ ਆ ਰਿਹਾ। ਕਹਿੰਦੇ ਤਾਂ ਤੁਹਾਨੂੰ ਚਲੋ ਅੰਦਰ ਥੋੜ੍ਹੀ ਅੰਦਰੂਨ ਦੀਆਂ ਗਲੀਆਂ ਵੀ ਦਿਖਾ ਦਿਓ, ਮੈਂ ਵਾਲ ਮੰਡੀ ਦੀਆਂ ਗਲੀਆਂ ਦੇ ਅੰਦਰ ਚੱਲਦੇ ਹਾਂ। ਇੱਥੇ ਤੁਹਾਡਾ ਨਾ ਬਾਹਰ ਦਾ ਸਾਰਾ ਤੁਸੀਂ ਦੇਖ ਲਿਆ, ਹੁਣ ਲਾਹੌਰ ਦੀ ਅੰਦਰੂਨ ਵੀ ਦੇਖੋ ਜੀ। ਇਹ ਦੇਖੋ ਜੀ ਗਟਰ ਖੈਰ ਮੈਂ ਕਹਿਤਾ ਉਬਲ ਰਹੇ ਆ, ਠੀਕ ਹੈ ਜੀ। ਔਰ ਪਾਣੀ ਦੀ ਰਫ਼ਤਾਰ ਦੇਖੋ ਤੁਸੀਂ, ਦੁਕਾਨਾਂ ਅੰਦਰ ਪਾਣੀ ਚਲਾ ਗਿਆ, ਮਜਬੂਰੀ ਇਸ ਟਾਈਮ ਜਾ ਰਹੇ ਹੁਣ ਕੀ ਕਰਨ। ਹਾਂਜੀ ਫੜ ਜਾਂਗੇ ਅੱਗੇ, ਓ ਹੋ ਹੋ ਕੋਈ ਬਾਣੀ ਮੈਨੂੰ ਮੁੜ ਜਾਣਾ ਜੀ ਇੱਥੇ। ਆਹ ਵੇਖੋ ਜੀ ਭਾਈਆ ਕਹਿ ਰਹੇ ਜੀ ਅੱਗੇ ਫਸ ਜਾਓਗੇ, ਅਤੇ ਮੇਰਾ ਖਿਆਲ ਹੈ ਕਿ ਵਾਕਈ ਅੱਗੇ ਕੋਈ ਸੀਨ ਨਾ ਹੋਵੇ ਫਸਣ ਵਾਲਾ, ਅਤੇ ਇੱਥੇ ਸਾਈਡ 'ਤੇ ਖੜੀ ਕਰਕੇ ਮੇਰਾ ਖਿਆਲ ਤੁਹਾਨੂੰ ਦਿਖਾ ਦਈਏ, ਜਾਂ ਉੱਥੋਂ ਵਾਪਸ ਮੋੜਨੇ ਆ ਮੋਟਰਸਾਈਕਲ ਥੋੜ੍ਹੀ ਦੂਰੋਂ ਜਾ ਕੇ ਨਾ ਵਾਪਸ ਹੀ ਹੋਈ ਹੈ। ਭਾਈ ਨੇ ਸਹੀ ਕਿ ਅੱਗੇ ਫਸ ਜਾਓਗੇ, ਇਹ ਨਾ ਹੋਵੇ ਕਿ ਅੱਗੇ ਜਾ ਕੇ ਅਤੇ ਕੋਈ ਹੋਰ ਕੰਮ ਪਿਆ ਹੋਵੇ, ਉਦੋਂ ਵਾਪਸ ਹੋ ਜਾਂਦੇ ਆ। ਉਹਦੇ ਅੱਗੇ ਪਾਣੀ ਬਹੁਤ ਜ਼ਿਆਦਾ ਆਇਆ, ਦੇਖੋ ਤੁਸੀਂ ਪਾਣੀ ਕਿਵੇਂ ਉਬਲ ਰਿਹਾ ਗਟਰ ਦੇ ਵਿੱਚੋਂ। ਭਾਈ ਅੱਗੇ ਪਾਣੀ ਬਹੁਤ ਜ਼ਿਆਦਾ ਜੇ, ਮੋਟਰਸਾਈਕਲ ਵਾਲਾ ਸੀਨ ਨਹੀਂ ਹੈਗਾ ਇਹ, ਹੁਣ ਤੁਸੀਂ ਦਿਖਾਉਣਾ ਤੁਹਾਨੂੰ ਗਲੀਆਂ ਹੋਰ ਦਿਖਾਉਣਾ ਵਾ। ਭਾਈ ਅਸੀਂ ਬਾਹਰ ਨਹੀਂ ਨਿਕਲੇ, ਉਧਰੋਂ ਅਸੀਂ ਬਾਹਰ ਆ ਗਏ ਹਾਂ। ਰੇਲਵੇ ਰੋਡ ਹੈ, ਰੇਲਵੇ ਰੋਡ ਦਾ ਵੀ ਹਾਲ ਬੁਰਾ ਹੀ ਹੋਣਾ ਵਾ। ਹਾਂਜੀ ਇੱਧਰ ਵੀ ਪਾਣੀ ਬਹੁਤ ਹੀ ਜ਼ਿਆਦਾ ਹੋਣਾ ਵਾ, ਚੱਲਦੇ ਅੱਗੇ ਚੱਲ ਕੇ ਦੇਖਦੇ ਇੱਧਰ ਕੀ ਹਾਲਾਤ ਨੇ। ਗਵਾਲਮੰਡੀ ਰੇਲਵੇ ਰੋਡ ਜੀ, ਠੀਕ ਹੈ। ਇੱਧਰ ਪਾਣੀ ਕੁਛ ਘੱਟ ਹੀ ਗਿਆ ਉੱਧਰ ਦੀ ਨਿਸਬਤ, ਕਹਿੰਦੇ ਲੈਣ ਲੋਕ ਬੜਾ ਸੀ ਵੀ ਆ ਗਏ ਜੀ ਇੱਥੋਂ, ਵੈਸੇ ਮੈਂ ਰਾਤ ਚਣੇ ਹੋਣੇ ਨੇ। ਓਹੋ ਇੱਧਰ ਵੇਖੋ ਪਾਣੀ ਦੀ ਨਹਿਰ ਹੀ ਲੱਗੀ ਜੀ, ਓਹੋ ਟੀਕਾ ਲੱਸੀ ਵਾਲਾ ਲਾਹੌਰ ਦੀ ਸਭ ਤੋਂ ਮਸ਼ਹੂਰ ਲੱਸੀ ਵਾਲੀ ਦੁਕਾਨ ਹੈਗੀ ਜੀ ਟੀਕਾ ਲੱਸੀ ਵਾਲਾ ਜੀ।
ਫਿਰ ਪਾਣੀ ਦੀ ਨਹਿਰ 'ਚ ਵੜਦੇ ਗਏ ਅਸੀਂ ਹੁਣ ਦੇਖੋ ਹੋਟਲਾਂ ਦਾ ਦੇਖੋ ਅੱਧੀਆਂ ਅੱਧੀਆਂ ਡੁੱਬੀਆਂ ਜੀ ਸਾਡੀ ਵੀ ਤਕਰੀਬਨ ਅੱਧੀ ਹੋਟਲ ਬਣ ਗਈ ਡੁੱਬੀ ਹੋਈ ਹੈ ਅੱਲਾ ਦੇ ਆਸ ਉੱਤੇ ਚਲੀ ਜਾ ਰਹੀ ਹੈ ਜੀ ਪਾਏ ਕੱਚੇ ਮੈਂ ਅਸੀਂ ਐਸ ਐਮ ਗੋਵਾਲ ਮੰਡੀ ਦੀ ਅੰਦਰੂ ਵਧੀਆ ਜੀ ਕਰਦੇ ਇੱਥੇ ਵੀ ਮਰਨ ਕੁੱਟੀ ਆਪਣੇ ਰੂਮ 'ਤੇ ਗਈ ਜੋ ਹੋਏ ਹੋਏ ਸਾਹਮਣੇ ਬੜਾ ਪਾਣੀ ਜੇ ਯਾਰ ਇੱਧਰੋਂ ਅਸੀਂ ਕਰਨੇ ਆਪਾਂ ਇੱਧਰੋਂ ਚੱਲਦੇ ਹਾਂ ਕਿਉਂਕਿ ਸਾਹਮਣੇ ਵਾਲਾ ਜਿਹੜਾ ਪਾਣੀ ਹੈ ਨਾ ਉਹ ਉੱਥੋਂ ਬਾਹਰ ਨਹੀਂ ਨਿਕਲਿਆ ਜਾਏਗਾ ਅਤੇ ਇੱਥੋਂ ਹੈ ਕਿ ਚਲੋ ਬੱਚਤ ਹੋ ਜਾਏਗੀ ਥੋੜ੍ਹੀ ਜਿਹੀ ਆਪਣੀ ਕਿਉਂਕਿ ਕੈਮਰੇ ਦੀ ਬੈਟਰੀ ਵੀ ਆਪਣੀ ਖਤਮ ਹੋਣ ਵਾਲੀ ਹੈ ਅਤੇ ਤੁਹਾਨੂੰ ਜਿਹੜਾ ਅੰਦਰੂਨ ਜਿਹੜੀਆਂ ਦਿਖਾਤੀਆਂ ਜਾਣ ਹੋਰ ਅੰਦਰੂਨ ਵੀ ਇੰਜੋਏ ਕਰੋ ਲੱਤੀਆਂ ਚੱਲ ਰਹੀਆਂ ਨੇ ਭਾਅ ਜੀ ਫੁੱਲ ਟਾਈਮ ਹੈ ਬਾਰਿਸ਼ ਦੀ ਕੋਈ ਫਿਕਰ ਨਹੀਂ ਲੋਕਾਂ ਨੂੰ ਚੇਨ ਲੱਤ ਗਿਆ ਜੀ ਬੱਚੇ ਦਾ ਚੇਨ ਉਤਰ ਗਿਆ ਸਹੀ ਕਰਦੀ ਹੈ ਕਰਦੀ ਹੈ ਜੀ ਸਹੀ ਪਾਣੀ ਇੱਧਰ ਵੀ ਬਹੁਤ ਜ਼ਿਆਦਾ ਜੇ ਹੋਰ ਬਾਬਾ ਖੈਰ ਤਰੀਕ ਨਾ ਸਾਨੂੰ ਬਾਹਰ ਕੱਢ ਦੇ